السلام على أخيه وزيره وقاضي دينه الذي هو زينة المسجد والمنبر ساقي الحوض والكوثر سيد الكونين يا ابي الحسن والحسين بلند والا الصلوة جتنا ذہن وچ آؤ محمد کا مقام بلند ہے اتنا بلند سلوات پڑھو سلطان اللہ کے دادا استاد
ਭੱਟੀ ਸਾਹਿਬ ਵੈਣ ਪੜਦੇ ਹਨ, ਕਾਫੀ ਦੇਰ ਖੜ ਗਈਆਂ ਬਤੂਲ ਦੀਆਂ ਧੀਆਂ ਖੁਦਾ ਲਾਨਤ ਕਰੇ ਤਨਜ਼ੀਆ ਪੁੱਛੇ ਸਲੀਮ ਦੀ ਮਸਕੁਰਦਾ ਵਲੀ ਅਮੀਰ ਮਿਜ਼ਾਜ ਹੈ ਮੁਸੱਲੇ ਤੇ ਤੇ ਗੁਦਾਈਆਂ ਖਿਨਵਾਈਆਂ ਪੁੱਛਦਾ ਯੋ ਕੋਈਆ ਬਾਜ਼ਾਰ ਤੂੰ ਮੇਰੇ ਦਰਬਾਰ ਤੇ ਟੁੱਟ ਜ ਰਹੀਆਂ ਠੱਗ ਤਾਂ ਨਹੀਂ ਪਏ ਆ ਸਰੀਫ ਦੇ ਆ ਲਿਆ ਗਯੋ ਦੇ ਸੱਜੇ ਧੜੀਏ ਖੱਬੇ ਧੜੀਏ ਬਕਵਾਸ ਕਰਨ ਦਾ ਦਰਬਾਰ ਦੇ ਵਿੱਚ ਮੁੱਲ ਭਰਿਆਂ ਬਾਦਸ਼ਾਹ ਹੁਸੈਨ ਤੋਂ ਪਹਿਲਾਂ ਮੌਤ ਆ ਗਈ ਸੁਣਿਆ ਇਸਤਕਬਾਲ ਜਿੱਥੇ ਵੀ ਇਹ ਸਾਡੀ ਪਹਿਚਾਣ ਵੀ ਹੈ ਇਬਾਦਤ ਵੀ ਹੈ ਆਦਤ ਵੀ ਹੈ ਖੁਤਬੇ ਦਾ ਵਹਿਣ ਕਿਉਂਕਿ ਸਾਡੇ ਬਾਬੇ ਦੀ ਇੱਕ ਮਿਹਨਤ ਹੈ ਇਹ ਜਾ ਦੇ ਖੁਤਬਾ ਇਹ ਸਾਡੀ ਪਹਿਚਾਣ ਬਣ ਅਤੇ ਮੋਹਰ ਲੱਗ ਗਏ ਮਖਦੂਮਾ ਸੈਨ ਅਜ਼ਮਾਇਸ਼ ਹੈ ਜਿਹੜੀ ਮਜਲਿਸ ਵਿੱਚ ਬਗੈਰ ਖੁਤਬੇ ਦੇ ਅਸਾਂ ਮਜਲਿਸ ਸ਼ੁਰੂ ਕਰੂੰ ਸਾਡੀ ਮਜਲਿਸ ਦਾ ਅਸਰ ਨਹੀਂ ਰਹਾ ਘਬਰਾ ਤਾਂ ਨਹੀਂ ਹੋ ਗਿਆ ਫਿਤਰੀ ਬਾਤ ਥੱਕ ਮੰਜਣਾ ਮਗਰ ਤੁਸੀਂ ਥੱਕਦੇ ਨਹੀਂ ਕਿਉਂਕਿ ਤੁਹਾਡੇ ਹੁਸੈਨ ਦੀ ਮਾਂ ਦੀ ਦੁਆ ਹੈ ਉਲਮਾ ਤੂੰ ਸੁਣਾ ਇਸੇ ਕਿ ਦੁਆ ਕਿਵੇਂ ਹੈ ਕਿੱਦਾਂ ਥਈਏ ਜਿਹੜਾ ਅਲੀ ਦੀ ਧੀ ਆਈ ਹੈ ਨਾ ਮਸਾਹਿਬ ਨਹੀਂ ਆ ਕੇ ਇਜਾਜ਼ਤ ਕੀਤੀ ਹੈ ਜੋ ਮੈਂ ਕੋਈ ਇਜਾਜ਼ਤ ਹੈ ਮੈਂ ਵਿਰਾ ਦੀ ਲਾਸ਼ ਤੇ ਰੋਵਾਂ ਅਤੇ ਕਮੀ ਨੇ ਆ ਕੇ ਸਾਡੇ ਕੋਲ ਟਾਈਮ ਹੀ ਕੋਈ ਉਸ ਵੇਲੇ ਬਤੂਲ ਦੀ ਧੀ ਆ ਕੇ ਹੁਸੈਨ ਮੈਂ ਕੁਝ ਨਹੀਂ ਰੋਵਾਂਗੇ ਨਾ ਨਾ ਆਜ਼ਹਾ ਚੌਦਵੀਂ ਸਦੀ ਦੇ ਅਜ਼ਾਦਾਰਾਂ 'ਤੇ ਮੇਰਾ ਲੱਖ ਲੱਖ ਸਲਾਮ ਹੋਵੇ ਕਿਉਂ ਕਿ ਤੁਸਾਂ ਸਾ ਕੋ ਡਿੱਠੇ ਵੇ ਅਤੇ ਮੰਨੇ ਵੇ ਚੌਦਵੀਂ ਸਦੀ ਵਾਲੇ ਜਿਹੜੇ ਸਾਡੇ ਅਜ਼ਾਦਾਰ ਮੋਮਨ ਹੁਸੈਨ ਨਾ ਮੇਰੇ ਪੁੱਤ ਨੂੰ ਉਸਦਾ ਡਿੱਠਿਆ ਨਹੀਂ ਨਾ ਮੇਰੀਆਂ ਧੀਆਂ ਦੀਆਂ ਚਾਦਰਾਂ ਲਾਹਣੀਆਂ ਰੱਖਿਆ ਉਹ ਇਵੇਂ ਰੋਸਨ ਜੋ ਆਪਣੇ ਦੀ ਲਾਸ਼ 'ਤੇ ਨਾ ਰੋਸਨ ਇਹ ਵਾਸਤੇ ਉਹਨਾਂ ਦਾ ਸਲਾਮ ਪਿਆ ਕਰਨ ਅੱਲਾ ਇੱਕ ਕੌਮ ਪੈਦਾ ਕਰੇ ਸੀ ਜਿਹੜੀ ਤੇ ਕੋਈ ਰੋਸੀ ਅਤੇ ਕਦੇ ਠੱਕ ਸੀ ਨਾ ਇਹ ਵਾਸਤੇ ਤੁਹਾਡਾ ਦੁਆ ਹੈ ਤਾਂ ਮੈਂ ਇਹ ਵਾਸਤੇ ਤੁਹਾਡੀ ਥੋੜ੍ਹੀ ਥਕਾਵਟ ਲਹਿ ਬਣੀ ਤੁਸੀਂ ਸਹੀ ਕੱਢ ਕੇ ਨੋ ਕਸੀਦਾ ਸੁਣਾਵਾਂ ਕਸੀਦਾ ਐਸਾ ਹੋਵੇ ਜਿਹਦੇ ਵਿੱਚ ਇੱਕ ਪੈਗਾਮ ਹੋਵੇ ਤਬਲੀਗ ਹੋਵੇ ਕੋਈ ਮੈਸੇਜ ਹੋਵੇ ਕਿਉਂਕਿ ਸਾਡੇ ਮਜਾਲਿਸ ਇੱਕ ਤਮਾਸ਼ਾ ਨਹੀਂ ਕੋਈ ਸ਼ੋਬਾਜ਼ੀ ਨਹੀਂ ਕੋਈ ਰਿਆਕਾਰੀ ਨਹੀਂ ਜ਼ਿੰਮੇਦਾਰ ਨਾਲ ਪਿਆ ਦਾ ਸਾਡਾ ਦੁਸ਼ਮਣ ਹੀ ਸੁਣਦਾ ਪਿਆ ਸਾਨੂੰ ਲਾਈਵ ਚੱਲਦੀ ਪਈ ਹੈ ਆਹ ਸਾਡੇ ਨਾਲ ਸ਼ਰੀਕ ਸੀ ਕਿ ਸਾਡੇ ਇਕੱਠੇ ਥੀਵਣ ਦਾ ਮਕਸਦ ਕਿਆ ਇਸ ਬਾਅਦ ਮੈਂ ਜਿਹੜਾ ਬੰਦਾ ਕਲਮਾ ਪੜ੍ਹਦਾ ਹੈ ਉਹਦਾ ਹੱਕ ਆਵੇ ਇਹ ਤਾਂ ਤੁਸਾਂ ਵੰਡ ਬੜਾ ਛੋੜੀਏ ਕਿ ਇਹ ਆਲੇ ਮੁਹੰਮਦ ਮੰਨਣ ਵਾਲੇ ਇਹ ਸ਼ੀਏ ਮਗਰ ਆਲੇ ਮੁਹੰਮਦ ਕਾਇਨਾਤ ਦੇ ਮੌਸਮ ਹੈ ਜਿਹੜਾ ਬੰਦਾ ਗੈਰਤਮੰਦ ਹੈ ਉਹ ਹੁਸੈਨ ਦਾ ਮਮਨੂਨ ਹੈ ਜਿਹੜਾ ਬੰਦਾ ਕਲਮਾ ਪੜ੍ਹਦੇ ਉਹਦਾ ਹੱਕ ਬਣਦੇ ਮਜਲਿਸ ਵਿੱਚ ਆਵੇ ਆਪ ਕੇ ਸ਼ਰੀਕ ਥੀ ਵੀ ਆਲੇ ਮੁਹੰਮਦ ਤੇ ਦਰੂਦ ਪੜ੍ਹੇ ਆਲੇ ਮੁਹੰਮਦ ਫਜ਼ਾਇਲ ਸੁਣ ਕੇ ਬੋਲੋ ਖੁਸ਼ ਹੋਵੇ ਮਸਾਇਬ ਤੇ ਗਿਰਿਆ ਕਰੇ ਕਿਉਂਕਿ ਇਹ ਬਕਾ ਹੈ ਇੱਕ ਆਦਨ ਮੋਮਿਨ ਸਾਈਂ ਹਰ ਬੰਦਾ ਆ ਨਹੀਂ ਸਕਦਾ ਕਿਉਂ ਉਹ ਬੰਦਾ ਆਉਂਦਾ ਹੈ ਜਿਹਦਾ ਆਵਣ ਹੁਸੈਨ ਨੂੰ ਪਸੰਦ ਹੁੰਦਾ ਹੈ ਜੇ ਤੇ ਮੋਹਰ ਲੱਗਦੀ ਹੈ ਕਿਹਲਾ ਤੂੰ ਮੈਂ ਕਸੀਦਾ ਪਿਆ ਪੜ੍ਹਦਾ ਮੁਸ਼ਤਰਕਾ ਸੁਨੀ ਸ਼ੀਆ ਜਨਾਬ ਸੈਯਦਾ ਦੀ ਅਜ਼ਮਤ
ਨੌਜਵਾਨ ਆਖੇ ਹਰ ਵੇਲੇ ਪੜ੍ਹੀਂਦਾ ਪਿਆ ਕਸੀਦਾ, ਤੇ ਇਹ ਜ਼ਿਕਰ ਮੇਰਾ ਕਿਹਦਾ ਨਹੀਂ ਕਿ ਪੁਰਾਣਾ ਹੋਵੇ। ਸਾਰੇ ਬੋਲੋ, ਬਲਕਿ ਮੈਂ ਤਜਰਬਾ ਕੀਤਾ ਹੈ ਜਿਤਨੀ ਚੀਜ਼ ਇਹ ਪੁਰਾਣੀ ਜਿਤਨਾ ਹੋਇਆ ਉਤਨਾ ਅਸਰ ਜ਼ਿਆਦਾ ਹੋਇਆ। ਨਵੀਂ ਤਰਜ਼ ਆਈ ਤੇ ਗਈ, ਲੇਕਿਨ ਬਜ਼ੁਰਗਾਂ ਨੇ ਤਰਜ਼ਾਂ ਲਿਖੀਆਂ, ਲੇਕਿਨ ਮੁਸੱਲੇ ਤੇ ਬਹਿ ਕੇ ਪਹਿਲੇ ਇਜਾਜ਼ਤ ਹਿੰਦੇ ਹਨ ਤੇ ਵੱਧ ਲਿਖ ਗਿਆ। ਬਲ ਉੱਠਦੇ ਹੂੰ ਵਾਲੇ ਹਨ ਜਿਹੜੇ ਵੇਲੇ ਸਾਈਆਂ ਦੀ ਮੁਹਰ ਹੋਣਗੀ। ਅੱਜ ਹੀ ਮਕਬੂਲ ਹੈ, ਮਾਈ ਸੇਗਮ ਨੇ ਪੜ ਗਿਆ, ਕਿਤਨਾ ਪੁਰਾਣਾ ਕਸੀਦੇ ਪੜੇ, ਲੁਤਫ ਆਇਆ ਜਾਂ ਨਹੀਂ ਆਇਆ? ਭੂਲੇ ਬੜੇ ਬੁਲੇ ਦੇ ਪਵੇ, ਹੁਣ ਤਾਂ ਆਖੋ ਵੀ ਲੁਤਫ ਆਇਆ ਹੈ। ਸਾਰੇ ਬੋਲੋ, ਪਾਕ ਮਖਦੂਮਾ ਬਹੁਤ ਹੀ ਬੜਾ ਰੁਤਬਾ, ਬੜੀ ਅਜ਼ਮਤ ਦੀ ਮਾਲਕ ਮਖਦੂਮਾ, ਸ਼ਾਫੀਆ ਰੋਜ਼ੇ ਜਜ਼ਾ, ਸ਼ਾਫੀਆ ਰੋਜ਼ੇ ਕਿਆਮਤ, ਹਿਜਾਬੁੱਲਾ, ਇਹ ਮੇਰੇ ਸਹਿਣ ਦੇ ਲਗਭ ਹੈ। ਥੋੜ੍ਹੀ ਅਜ਼ਮਤ ਹੈ ਹੁਸੈਨ ਦੀ ਮਾਂ ਦੀ, ਹੈ ਸੈਯਦਤੁਨ ਨਿਸਾਇਲ ਆਲਮੀਨ, ਆਲਮਾ ਗੈਰ ਮੁਅਲਮਾ ਆਬਿਦਾ ਜ਼ਾਹਿਦਾ ਮਰਜ਼ੀਆ ਰਜ਼ੀਆ। ਮੇਰੇ ਖਿਆਲ ਤਰਜ਼ਾਂ ਦੇ ਲਗ ਥੈ ਬੈਠੀ। ਤੇ ਕੁਛ ਬੰਦੇ ਅਹਿਲੇ ਸੁਨਤ ਬਰਾਦਰਾਂ ਨੇ ਇਸਲਾਮ ਇਹ ਬੀਬੀ ਦਾ ਮਕਾਮ ਉਹਨਾਂ ਨਾਲ ਰਲੇਂਦੇ ਨੇ ਜਿਨ੍ਹਾਂ ਦਾ, ਬਲਕਿ ਇੰਜ ਆਖਾ ਜਿਹੜੀਆਂ ਮੇਰੀ ਸੈਨ ਦੀਆਂ ਤਰੀਜ਼ਾਂ ਬਣ ਗਿਆ ਹੈ। ਸੈਯਦਤੁਲ ਨਿਸਾਇਲ ਆਲਮੀਨ ਇਸ ਬਾਤ ਦੀ ਦਲੀਲ ਹੈ ਕਿ ਕਾਇਨਾਤ ਦੀਆਂ ਜਿਤਨੀਆਂ ਮਸਤੂਰਾਂ ਹੈ ਸਾਰੀਆਂ ਦੀ ਸਰਦਾਰ ਹੈ ਨਬੀ ਜੀ। ਬਾਬਾ ਤੋ ਕਾਇਨਾਤ ਦੀਆਂ ਔਰਤਾਂ ਵਿੱਚ ਕਿਉਂ ਐਸੀਆਂ ਬੀਬੀਆਂ ਹਨ ਜਿਨ੍ਹਾਂ ਨੇ ਐਸੇ ਯਾਨੀ ਦੀਨ ਦੇ ਵਿੱਚ ਖਿਦਮਾਤ ਹਨ? ਅੱਲਾ ਨੇ ਉਹਨਾਂ ਦੀ ਫਜ਼ੀਲਤ ਇਤਨੀ ਬਣਾਈ ਹੈ ਕਿ ਉਹਨਾਂ ਦਾ ਕੁਰਾਨ ਜ਼ਿਕਰ ਕੀਤਾ, ਉਹਨਾਂ ਦੀ ਤਹਾਰਤ ਵੀ ਲਿਖੀ ਹੈ, ਪਾਕਿਜ਼ਗੀ ਲਿਖੀ ਹੈ, ਅਜ਼ਮਤ ਲਿਖੀ ਹੈ। ਤ੍ਰੈ ਬੀਬੀਆਂ ਮਸ਼ਹੂਰ ਹਨ ਜਿਹੜੇ ਪੜ੍ਹੇ ਲਿਖੇ ਬੈਠੇ ਹੋ, ਮੇਰੀ ਗੱਲ ਸਮਝ ਤਾਂ ਨਹੀਂ ਪਈ ਨਾ? ਤ੍ਰੈ ਬੀਬੀਆਂ ਐਸੀਆਂ ਜਿਹਨਾਂ ਦਾ ਕੁਰਾਨ ਜ਼ਿਕਰ ਹੈ, ਜਨਾਬੇ ਹਵਾ ਬੋਲੋ, ਜਨਾਬੇ ਆਸੀਆ ਔਰ ਜਨਾਬੇ ਉੱਚਾ ਬੋਲੋ ਮਰਿਆ। ਤਹਾਰਤ ਇਤਨੀ, ਪਾਕਿਜ਼ਗੀ ਇਤਨੀ, ਕੁਰਾਨ ਵਿੱਚ ਜ਼ਿਕਰ ਹੈ। ਬਰਾਦਰਾਂ ਨੇ ਇਸਲਾਮ ਇਹਨਾਂ ਬੀਬੀਆਂ ਦਾ ਮਕਾਮ ਈ ਮੇਰੀ ਮਖਦੂਮਾ ਨਾਲ ਰਲੇਂਦਾ, ਖਬਰਦਾਰ ਆ ਤੱਕ ਰਸਾਵਾਂ ਇਹਨਾਂ ਨਾਲ ਹੁਸੈਨ ਦੀ ਮਾਂ ਦਾ ਮਬਾਦਲਾ ਨਾ ਕੀਤਾ। ਇਹਨਾਂ ਬੀਬੀਆਂ ਦੀ ਅਜ਼ਮਤ ਹੈ, ਸ਼ਾਨ ਹੈ, ਮਗਰ ਮੇਰੀ ਸੈਨ ਦੇ ਦਰਜੇ ਤੋਂ ਘੱਟ ਹੈ। ਪਰੇਸ਼ਾਨ ਨੇ ਹੋਣਾ, ਤਵੱਜੋ, ਜ਼ਿੰਮੇਦਾਰ ਆ ਆਪਣੀ ਗੱਲ ਦਾ, ਜਿਹਨਾਂ ਦਾ ਕੁਰਾਨ ਨਾਲ ਵਾਸਤਾ, ਕਿਤਾਬਾਂ ਨਾਲ ਵਾਸਤਾ ਹੈ। ਖਾਨ ਸਾਹਿਬ, ਹਾਜ ਸਾਹਿਬ, ਦਰਜਾ ਕਿਵੇਂ ਘੱਟ ਹੈ? ਅੱਲਾ ਮਖਲੂਕ ਖੁਦਾ ਵਿੱਚ ਔਰਤ ਕੋ ਇੱਕ ਵੱਡਾ ਮਕਾਮ ਦਿੱਤਾ। ਪਹਿਲਾ ਮਕਾਮ ਕਿਆ ਹੈ? ਕਿਸੇ ਦੇ ਘਰ ਆਵੇ, ਕਿਸੇ ਪਿਓ ਦੇ ਘਰ ਆਵੇ ਤਾਂ ਪਿਓ ਵਾਸਤੇ ਰਹਿਮਤ ਬਣ ਕੇ ਆਉਂਦੀ ਹੈ। ਇੱਕ ਬੰਦੇ ਸਵਾਲ ਕੀਤਾ ਅੱਲਾ ਦੇ ਨਬੀ ਦੇ, ਯਾ ਰਸੂਲ ਅੱਲਾ, ਅੱਲਾ ਦੀ ਖੁਸ਼ਨੂਦੀ, ਅੱਲਾ ਦੀ ਰਜ਼ਾ ਮੰਦੀ ਦੀ ਨਿਸ਼ਾਨੀਆਂ ਕਿਆ ਹੈ? ਅੱਲਾ ਜਿਹਾ ਤੇ ਖੁਸ਼ ਹੋਵੇ ਉਹਦੇ ਅਲਾਮਾਤ ਤਵੱਜੋ ਮੇਰੇ ਪਾਸੇ ਕਿਆ ਹੈ? ਪਾਕ ਨਬੀ ਫਰਮਾਇਆ, ਓ ਬੰਦਾ ਖੁਦਾ, ਯਾਦ ਰੱਖ, ਕੰਨ ਖੋਲ ਕੇ ਸੁਣ, ਅਗਰ ਅੱਲਾ ਕਈ ਇੱਕ ਬੰਦੇ ਤੇ ਰਾਜ਼ੀ ਹੋਵੇ ਉਹ ਨਿਸ਼ਾਨੀ ਜ਼ਹਿਰ ਇੰਜ ਕਰੇਂਦੇ ਕਿ ਅੱਲਾ ਖੁਦ ਹੀ ਅਤਾ ਕਰੇਂਦਾ ਹੈ। ਕਿਉਂ ਵਾਸਤੇ ਰਹਿਮਤ, ਇਹ ਪਹਿਲਾ ਦਰਜਾ। ਤੇ ਸੰਨੇ ਬਲੂਗਤ ਕਿਸੇ ਨਾਲ ਨੇਕ ਸਿਰਤ ਇਨਸਾਨ ਨਾਲ ਸ਼ਾਦੀ ਹੋ ਵਜੇ ਤਾਂ ਆਪਣੇ ਸ਼ੌਹਰ ਦੀ ਬਣ ਜਾਂਦੀ ਹੈ ਇਮਾਮ ਦੀ ਅੱਧੀ ਹਿੱਸਾ ਦਾ, ਬੋਲੋ ਨਿਸਫੇ ਇਮਾਮ, ਦੂਜਾ ਦਰਜਾ। ਤੀਜਾ ਦਰਜਾ, ਅੱਲਾ ਔਲਾਦ ਰਵੇ, ਔਲਾਦ ਦੀ ਜੰਨਤ ਆਪਣੇ ਸਾਰੇ ਸਹੀ ਮੇਰੇ ਬਾਰੇ ਤਾਂ ਕਢਾਏ ਦੁਨੀਆ ਤੇ ਦਰਜਾ ਕਿਹੜਾ ਕੰਮ ਹੈ? ਜਨਾਬੇ ਹਵਾ ਦੁਨੀਆ ਤੇ ਆਈਏ ਮਗਰ ਕਈ ਵਾਸਤੇ ਰਹਿਮਤ ਨਹੀਂ ਬਣ ਸਕੀ,
بغیر باپ دے آئیے. اور جناب آسیہ دنیا تے آئی طاہر بی بی عزتاں والی بی بی عزت ایسی ہے طہارت پاکیزگی ایسی ہے فرعون دے گھر رہ کے بھی بطور رہی مگر کسے دی ماں نہیں بن سکی. طہارت قائم کیویں رہی ہے اے لمبا واقعہ ہے. شوہر دے عیب کو پردہ پاونا چھپاونا اے بہت بڑی دیانتداری ہے مستور واسطے. تے اللہ دا حکم ہویا کہ تو بطور راسے جو تیری جھولی چاہے کہ نبی پلنا ہے معصوم دی پرورش معصوم ہی کرنے بولو بلال. طہارت قائم رہی مگر کہیں دی ماں نہیں بن سکی یعنی اپنے پیروں میں کہیں دی جنت بولو یار نہیں رہ سکی درجہ گھٹ گیا نا. جناب مریم تریجی مستور اللہ دے گھر رہن والی بہن والی جھاڑو بردار خدمت گزار اللہ دے گھر دی پاک دامن نیک سیرت مستور ایک دیوار بیٹھیے آواز تو ہوئی دے مریم جی مالک میرے گھر دی خدمت کی دی ہے تیری خدمت میں کو بہو پس میں تو جائزہ کھڑا گیا بہو پسند آئیے مالک تیری مہربانی آواز تو ہوئی دے مگر ہی خدمت دے کو کوئی اجر دے رہا جائے مالک تیرا احسان کیسا اجر آواز تو ہی دائیے میرا ارادہ بن گیا کہ میں تکو پوتر دے گا اور تو جو کتاب نہ پڑھے میرا قصور نہ کہہ رہی میں تکو پوتر دے نا مالک میری شادی نہیں میرا شوہر نہیں ازدواجی زندگی نہیں پوتر کی میں آواز تو ہی دائیے میں کو پہچان میں ان اللہ علا کل شاید تدیرہا میں جو جہاں کر سکتا تو مالک بغیر شوہر دے پتر لیتا بغیر باپ دے جناب عیسیٰ آئے مادر عیسیٰ جناب مریم دی جھولی وچ درجہ گھٹ گیا ماں بن گئی مگر کہندی بیوی نہیں بن سکی آ تک اس نشیا بھرا سارے کٹھے ہیں تے کو دساما نبی دی دھیلا مقام جائے او اللہ دا بندہ رحمت بن کے آئیے تا کیڑی ہستی واسطے جڑا آپ کا علاوہ دی رحمت ہے نصف ایمان بنیے تا کہیں دی بولو جنا کو سمجھ آئیے میرے بارے جڑا آپ کل ایمان ہے اولاد کیسی ہے جنت پیرا میں تھی واہ بھائی واہ سارے بولو جڑے جوان نے جنت دس تو ان جڑے تھکے بڑھاس کرا کرو پتہ جو ذات جلالی پیشتے بدے ہیں اے بیٹھن دا آب اس میں بردے مگر بات ہے ذاکر دا نام صرف آتے کن پہ ہاتھ رکھنا نہیں آج پڑھا لکھا دا ہو رہے تو ہر بندہ ساری بات کو سن دا پہ دشمنی سن دے پہ سجنی سن دے پہ ساری ہر بات دنیا سن دے پہ تو اصلا ایسا کوئی کلام نہ ہوئے جڑا اصالی ملت واسطے ایک ذلت دا ہے اج تو سہاد ہی تھی گیو نا جب بندے اٹھی دے نعرے مارن تا مجلس ہے نا تا بندہ وان وٹے دا گئے اپنا خیال کر پتہ تو وان وٹے دا ودی اللہ تو کو پیسے ڈھیر دیسی ڈال اے ہے امام سید و ساجدین کنے ایک بندہ آیا سنواز آنے مل گئے بلند آواز کہ مولا غربت کھان دیئے توجہ غربت کھان دیئے مردہ کوئی عمل لسو جلی غربت دور ہوئے والے رسا مولا آتیا جو اٹھی رسکی بھی کہتے ہیں
आखो बोलो। मौला फरमाया मैं तो देख गुरबत तो भंगा गए ना तेरी गुरबत दूर हो वैंदी। एक शर्त कहना दी पूरी जमीन मैं ते कुछ सोना बना के देना तेरी गुरबत मिट गई। मगर एक शर्त मौला केड़ी शर्त सरकार मैं सारी विला छोड़ अल्लाह जाने सो केड़े इंतजार पे बैठे हो सारी विला छोड़ कदमत जान पिया आदे जिंदगी गाल सकदा जान कुर्बान कर सकदा गुरबत च मर सकदा तोली विला नहीं छोड़ सकदा। सरकार पेशानी से बहुत सारी का सरकार मैं बस कहना तुझ बड़ा अमीर ही तू है अमारत वह कैम रख जड़ी कबर ते वने ओ केड़ी अमारत आज ही था अमारत ता गुखले लगे ते लिखे खणे ए ने के मौला जे को मना करे ते मौला वारे से मौला ये वारे मुत्तकियां दा इमाम है। मौला को मनना मुराद है मौला दी मनो। तो हुन सुनावा कसीदा राजी बैठे राज कसी के बैठे आते सारे बोलो हैदरी ऐ फातिमा वो है जिसके बेटों के नाज सारे खुदा अजमत सैयदा फातिमा वो है कि जिसके बेटों के नाज सारे खुदा उठाता है। हूं मैं तेरे इम्तिहान देना कितनी मार्फत रखती हूं फातिमा वो है जिसके बेटों के नाज सारे खुदा फिक्रे फिक्रे ना कुरान दी तफसीर बयान कर रहे ताज मेरा दिल है कि मैं आज बुजुर्गों की जिक्री करा नाज सारे खुदा बोलो। पहला नाज हसनैन शरीफैन दा बचपन भाई हुण पढ़दे पया ईद दीवार मदीने दे उमरा दे बच्चे सोहणियां सवारियां ते सवार नाने दे कोल आए नाना अमड़ी पोशाक दिले सवारी सोनी होवे ते सवारी ऐसी होवे इन्ना तू वखरी होवे पाक नबी अर्ज की मालिक मेरी धी दे पुत्र सवारी मंगे तो अल्लाह दा हुक्म होया सुचे ना क्या करना है जल्दी कर इन्ना मोढ़िया ते जा सारे बोलो ए है पहला नाम पाक नबी मोढ़िया ते जाके टूटा लिया पहला नाज बिया नाज केड़ा भाई फातिमा
بھی سجدہ طویل کروا کے سر عبادات کا جھکاتا ہے. حسنین شریفین بیمار ہوئے علی و بطول منت منی میرا اللہ حسنین شفا پاوے منت روز رکھے سی. یہ تو ہو نہیں سکتا جو علی و بطول دی دعا رد ہوئے دعا مستجاب ہوئی. منت دا پہلا روزہ روزہ رکھا گیا پاک دی پاک دائی نے ہتھ نال کھانا پکایا. سردار تو سردار ہیں لساما سردار کتنے عظیم نوکرد کیا مقام ہے. ہن تیرا امتحان گھننا روٹی پک کے آ گئی افطار دا ٹائم یا دروازے تے حق لائیے وایو تیمو نو تو آما اللہ بے مسکینوں و یتیموں اسرا تیری مرضی ہے جی میں سن مسکین یتیما تاریخ دی روح نال پڑھ سا ہے کوئی جڑا مدد کرے. پاکاں نے پاک دائی نے اپنا حصہ دیتا علی و بطول ہی دیتا حسنین شریفین بھی بولو چاہا حصہ نے چھوڑا. کون فقیر ہا ڈیرے تو آیا کھڑا بولو سید اور ملائکہ جبریل آیا کھڑا ملائکہ دا سردار او بسم اللہ سلوات سارے مل کے بلند نواز نال پڑھو شیر دا لطف نہ راسی پھر بھی سلوات پڑھو صحیح ممبر تے آو اللہ اکبر او بسم اللہ زندگی دے راہ اے سلوات تے اے نعرے دا مقصد اے مسائیں کو منبر دے دیو ایویں نا سب نے بولو نعرے حیدری سید الملائکہ جبریل آیا دساواں سرداراں دا مقام کیا روٹی کہن دے ہاتھ دی پکی ہوئی ہائی بولو نا جناب فضا دے ہاتھ دی روٹی دساواں دائی دے ہتھانیاں روٹیاں دائیاں دا مقام کیا شیر تو جو کیا بے چونکہ واجے سارے مل کے بلند نواز نال پڑھو اس کی فضا کے ہاتھ کا کھانا عرش والا بھی کوئی کھاتا ہے. ایک کنیز تو ایک غلام ایک نوکر دا واقعہ جڑا ہر ویلے سن دے جناب بلا زبان رنگ دا کالا لکنا تے زبان اشاد کو اسد پڑھ دیا یعنی مالکا آکھیا اے غلطی ہے مگر توجہ بلال اچ کوئی غلطی ہو یا تا پاک نبی مقرر لگ رہا اے غلطی نہ آئی بزرگ زاکرین مقدمین پڑھ دیا کوئی غلطی نہ آئی یا غلطی سمجھتے ہیں بلال علی ولی اللہ چھپایا نہیں مار کا بچایا نہیں اجازت نہیں ہوئے
فرمایا نہیں پیا دے لوگ اعتراض کرن پن صبح اذان نہ لے میں سرکار نہ نسا مطمئن ہو گیا راضی ہو گیا بولو اللہ جانے رات کیویں کٹی سجدے کرن لاری ہے روندا ریا ہے مسجد نبوی جا کے ستور گل لا کے دل لاندا یا فریاد جناب سیدہ دی دہلیز جا کے ہے مقدر ہے نصیب کہہ سنا لجپال پیو دی لجپال ادھی اجے پیر پیر سننی بیٹھی ہے یا وعدہ دد بلا دیے پوچھا کہن وائے اس کیوں بتا رہا ہوں نہیں ویلے رات دے آو کہ جناب فضا پوچھا بلا بلا کہن وائے سین بیٹھے ہیں پنجاب تیرے پاک بابے رئیس بابے بادشاہ بابے پاک نوکری تو ہٹا چھوڑے رو نہ کیا کرا تر دیا ہی ہے میری مخدومہ لے کیا دے چاچا بلال تو کی بے وارث ہیں رونے آتے گرساما اللہ نے تیرا مقام کیا بنایا ہے توجہ کریں آتے گرساما اللہ دی بارگاہ ہے تیری عزت کیا ہے نبی دی حسنین دی ماں جناب بلال کو مخاطب کر کے فرمانے تیرا انکار کر کے لوگوں نے ہاتھ ڈالا ہے رب کے پردے میں سارے بولو اب پر تو آخری مدد میں کے دو ہاتھ بند کر کے ہے چاہے لیا میں تو کلے ساما تو بے وارث میں تیری عزت کیا ہے مقام کیا ہے نبی جی فرمائے تیرا انکار کر کے لوگوں نے ہاتھ ڈالا ہے رب کے پردے میں میری دہلیز پہ تو آیا اور آیا ہے شب کے پردے تو سن والے ٹر گئے
میرے بعد مولا دے بہترین مداح بیٹھے بیڑی والے نعرے پارٹی بنائی بیٹھے اتفاق نال بولو مل کے بولو حیدر سپیکر ٹھیک کر نہ ہن کو میری گل سمجھ آنی پئی تو میں کوئی حساب پٹانا اے کہندا احسان نا جیسی سر دے کے گیا تھے باپ نبی نماز پڑھا رہے با جماعت نماز کہندا عظیم نمازی سید الانبیاء پاک نبیوں دا سردار نبی اہم رکن سجدہ حسین بعد وزدہ بیڑا چھوڑ کے مسجد آیا ہے آپ کے بے نیاز بے نیاز حسین نانے دی پوچھتے بے نیاز ہو کے بہ گئے اللہ دے نبی پڑھ دے بین سبحان ربی العالی و بحمدہی سجے نہ پے جم دی اولاد نماز دے لے مگر نہیں لتا حسین نازا نہ ویلا ہا امتحان دا ویلا نہ نازا نہ ویلا ہا دل نہیں لتا سجے نہ پے سجدہ حسین ڈھڑ دے ذکر وداوا نماز وتی اے کدا تا کرا کیا پڑھدا نماز پے ذہن وچ حسین اللہ دے واسطے بھی لگوان میرے حبیب کو آکھ میں راضیاں مالک آکھ نہ کیا ہے بنا کلا پیا تئی اے کہیدا احسان نہ چسی سر دے کے بسلام بجے سے سجاد نہ کتنا سفر رہے گا وہ میرا لال
سفر دینا لائے ماں پتران دیا گا لیا ایک ذمہ دار کھیتی کو پانی لائے کھڑا ہے معاملہ سے نگاہ پائیے آسمان مو کر کے آدھا میرا اللہ ہر کوئی ولی ولی بنی کو آگ دیڑ گا لیا جی بننے تھے کھڑ دے گی جی بھلا کر میں سن دیا مہار چھوٹ گئے خون لہے پیا کری بایا رو کیا تھا ذمہ دار رو کیا تھا جی بیمار راہ بھول گئے آدھے بھولن والا نہیں آیا کیوں ہوئے سیدہ دیار جڑی کی تھیں کھڑ کے رو کے گلہ کھڑا کرنے وعد کر میری ماں سننا چاہتی ہے وہ مصطفیٰ بھی ہے تمہیں کوئی گل نہیں کی تھی اپنے خالق نال ہوئی سے جھیڑے رہے کرا آدھا کرا ہر کوئی ولی ہے ہوئی سے کہنے یا دی بھی آسی منصور سا آدھے حسین دی بھیلی والے گئے رو کے ماں دے ماں مدر جائے میں سے رو کے دے سجاد نہ تو رو نہ اے روے آپ نے پتران وہی ولی ہوئے دیئے جدہ قرآن سنہ دی ملا ڈٹھے امام دے قدمہ دے جہاں پہ سمجھ گئے یوں رہے ماں سجاد میں میرے سنی دے ماں مالے ماں نہ دکان کر کے امام دے قدمہ دے اللہ کیا دے تیرے نا مالک مرتضی نے صاف کہا دی کاوش ملت